ਅਸਲਾਮ ਵਾਲੇਕੁਮ ਮਾਈ ਡੀਅਰ ਵਿਊਅਰਸ, ਉਮੀਦ ਹੈ ਸਭ ਠੀਕ ਠਾਕ ਹੋਣਗੇ, ਹਰਫੀਅਤ ਦੇ ਨਾਲ ਹੋਣਗੇ ਅਤੇ ਹੀ ਵੋਇਸ ਦੀ ਵੀਡੀਓਜ਼ ਨੂੰ ਵਾਚ ਕਰ ਰਹੇ ਹੋਣਗੇ। ਅਤੇ ਈਦ ਆ ਗਈ ਸੀ ਅਤੇ ਈਦ ਦੇ ਵਿੱਚ ਕੋਈ ਵਲੋਗ ਨਹੀਂ ਆ ਸਕਿਆ, ਅਤੇ ਮੈਂ ਕਿਹਾ ਈਦ ਦੇ ਤਿੰਨਾਂ ਦਿਨਾਂ ਦਾ ਵਲੋਗ ਜਿਹੜਾ ਹੈਗਾ ਨਾ ਉਹ ਇਕੱਠਾ ਸੁੱਟ ਦਿੰਦੀ ਹਾਂ ਮੈਂ ਯੂਟਿਊਬ 'ਤੇ। ਅਤੇ ਹੋਇਆ ਕੁਛ ਨੂੰ ਕਿ ਸਭ ਤੋਂ ਪਹਿਲਾਂ ਮੇਰਾ ਭਰਾ ਮੇਰੇ ਘਰ ਈਦ ਲੈ ਕੇ ਆਇਆ, ਮੈਂ ਬੜੇ ਮਜ਼ੇ ਮਜ਼ੇ ਦੇ ਉਹਦੇ ਵਾਸਤੇ ਖਾਣੇ ਬਣਾਏ। ਉਹ ਖਾਣਾ ਤਾਂ ਖਾਂਦਾ ਨਹੀਂ ਹੈ, ਉਹ ਜ਼ਰਾ ਨਾ ਹਮਟੀ ਡਮਟੀ ਮੇਰਾ ਭਰਾ ਆਏਗਾ, ਅਤੇ ਮੈਂ ਉਹਦੇ ਵਾਸਤੇ ਫਿਰ ਚਿਕਨ ਬ੍ਰੈਡ ਨਗੇਟਸ ਅਤੇ ਇਹੋ ਜਿਹੀਆਂ ਆਈਟਮਾਂ ਬਣਾ ਦਿੱਤੀਆਂ। ਮੈਂ ਕਿਹਾ ਉਹਨੇ ਤਾਂ ਖਾਣਾ ਖਾਣਾ ਕੋਈ ਨਹੀਂ ਅਤੇ ਇੰਨੀ ਮਿਹਨਤ ਕਰਨ ਦੀ ਜ਼ਰੂਰਤ ਨਹੀਂ, ਅਤੇ ਲਿਹਾਜ਼ਾ ਮੈਂ ਉਹਦੇ ਵਾਸਤੇ ਉਹਦੀ ਪਸੰਦ ਦੀਆਂ ਸ਼ੈਵਾਂ ਸੈਂਡਵਿਚ, ਅਤੇ ਬਸ ਤੁਸੀਂ ਸਮਝੋ ਕਿ ਬਰਗਰ ਬੱਚਾ ਮੇਰਾ ਭਰਾ ਜਿਹੜਾ ਹੈ ਵੱਡਾ ਹੈਗਾ ਸਾਡੇ ਤੋਂ, ਲੇਕਿਨ ਹਰਕਤਾਂ ਹੁੰਦੀਆਂ ਬੱਚਿਆਂ ਵਾਲੀਆਂ ਨੇ, ਖਾਂਦਾ ਉਹ ਸਾਰੀ ਹੰਪੀ ਡੰਡੀ ਬਰਗਰ ਸ਼ਗਰ ਇਹੋ ਜਿਹੀਆਂ ਸ਼ੈਵਾਂ ਹੀ ਹੈਗੀਆਂ। ਤੁਹਾਡੇ ਘਰ ਵੀ ਕੋਈ ਨਾ ਕੋਈ ਇਹੋ ਜਿਹਾ ਇੱਕ ਫਰਦ ਜ਼ਰੂਰ ਹੋਏਗਾ ਕਿ ਮਤਲਬ ਜਿਨ੍ਹਾਂ ਦਾ ਖਾਣਾ ਖਾਣ ਤੋਂ ਦਿਲ ਹੀ ਨਹੀਂ ਕਰਦਾ, ਜਿਹੜਾ ਕਹਿੰਦਾ ਕਿ ਮੈਂ ਤਾਂ ਸੈਂਡਵਿਚ ਬਰਗਰ ਪੀਜ਼ੇ ਅਤੇ ਬਸ ਇਹੀ ਆਉਂਦੀ ਜ਼ਿੰਦਗੀ ਹੈਗੀ ਹੈ, ਅਤੇ ਬਸ ਇਹੋ ਜਿਹਾ ਇੱਕ ਬੰਦਾ ਸਾਰਿਆਂ ਘਰ ਵਿੱਚ ਜ਼ਰੂਰ ਹੋਏਗਾ। ਜੇ ਤੁਹਾਡੇ ਘਰ ਵੀ ਹੈਗਾ ਤਾਂ ਜ਼ਰਾ ਮੇਰੇ ਕਮੈਂਟ ਸੈਕਸ਼ਨ 'ਚ ਵੀ ਮੈਨੂੰ ਦੱਸੋ ਕਿ ਤੁਹਾਡੇ ਘਰ ਕਿੰਨੇ ਅਫਰਾਦ ਜਿਹੜੇ ਹੈਗੇ ਨੇ ਉਹ ਇਹੋ ਜਿਹੇ ਹੀ ਹੈਗੇ ਨੇ ਕਿ ਉਹ ਖਾਣਾ ਹੀ ਖਾਣਾ ਪਸੰਦ ਨਹੀਂ ਕਰਦੇ, ਅਤੇ ਉਹਨਾਂ ਨੂੰ ਬਰਗਰ ਨਗੇਟਸ ਚਿਪਸ ਅਤੇ ਬਸ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਦਰਕਾਰ ਹੁੰਦੀਆਂ ਨੇ। ਅਤੇ ਈਦ ਆ ਗਈ ਅਤੇ ਸਾਰਿਆਂ ਨੂੰ ਮੇਰੀ ਤਰਫੋਂ ਸਭ ਤੋਂ ਪਹਿਲਾਂ ਤਾਂ ਈਦ ਮੁਬਾਰਕ, ਅਤੇ ਲਓ ਜੀ ਇਹ ਪਹਿਲਾ ਦਿਨ ਹੈ ਸਾਡੀ ਈਦ ਦਾ, ਅਤੇ ਸਾਰੇ ਬੱਚੇ ਜਿਹੜੇ ਹੈਗੇ ਨੇ ਉਹ ਬੜੇ ਜ਼ਬਰਦਸਤ ਬੜੇ ਖੂਬਸੂਰਤ ਤਿਆਰ ਹੋ ਗਏ। ਔਰੇਂਜ ਕਲਰ ਦੇ ਫਸਟ ਡੇ 'ਤੇ ਮੈਂ ਆਪਣੀ ਬੇਟੀਆਂ ਦੇ ਡਰੈਸਿਸ ਤਿਆਰ ਕਰਵਾਏ ਆਪਣੇ ਨਾਲ ਦੇ, ਅਤੇ ਚਾਂਦ ਰਾਤ ਨੂੰ ਜਾ ਕੇ ਮੈਂ ਸਪੈਸ਼ਲ ਆਪਣੇ ਬੱਚਿਆਂ ਦੇ ਖੁਸ਼ੇ ਲੈ ਕੇ ਐਡਾ ਰਸ਼ ਸੀ ਬਾਜ਼ਾਰ 'ਚ, ਬੜਾ ਹੀ ਰਸ਼ ਸੀ। ਮੂਨ ਮਾਰਕੀਟ ਲਾਹੌਰ 'ਚ ਮੂਨ ਮਾਰਕੀਟ ਜਾ ਕੇ ਮੈਂ ਲੈ ਕੇ ਬੱਚਿਆਂ ਵਾਸਤੇ, ਬੜਾ ਮਜ਼ਾ ਆਇਆ ਪਰ ਰਸ਼ ਬਹੁਤ ਜ਼ਿਆਦਾ ਸੀ। ਅਤੇ ਵੇਖੋ ਪੋਜ਼ਿੰਗ ਜਿਹੜੀ ਹੈਗੀ ਨਾ ਉਹ ਸਾਡੀ ਸਟਾਰਟ ਹੋਈ ਹੋਈ ਹੈ, ਅਤੇ ਚਲੋ ਜੀ ਅਤੇ ਸਾਡਾ ਦੂਜਾ ਦਿਨ ਸਟਾਰਟ ਹੋ ਗਿਆ। ਪਹਿਲੇ ਦਿਨ ਤਾਂ ਸਾਰੇ ਆਪਣੇ ਘਰ ਘਰ ਹੀ ਰਹਿੰਦੇ ਨੇ, ਅਤੇ ਰਾਤ ਨੂੰ ਕੋਈ ਖਾਣਾ ਖੁਣਾ ਖਾਣ ਬਾਹਰ ਹੋਟਲਿੰਗ ਕਰਨ ਚਲੇ ਜਾਈਦਾ, ਅਤੇ ਦੂਜੇ ਦਿਨ ਜਿਹੜਾ ਹੈਗਾ ਉਹ ਤਾਂ ਫਿਰ ਮੇਰਾ ਖਿਆਲ ਹੈ ਪੂਰੀ ਦੁਨੀਆ ਦਾ ਹੀ ਹੈਗਾ ਨਾਨਕਾ ਘਰ। ਅਤੇ ਬਸ ਦੂਜੇ ਦਿਨ ਜਿਹੜਾ ਹੈਗਾ ਨਾ ਅਸੀਂ ਆਪਣੇ ਨਾਨਕੇ ਟੁਰ ਗਏ, ਬੱਚਿਆਂ ਦੇ ਨਾਨਕੇ ਅਤੇ ਮੇਰੇ ਪੇਕੇ, ਅਤੇ ਬੜਾ ਇੰਜੋਏ ਹੋਇਆ। ਅਤੇ ਉੱਥੇ ਬੱਚਿਆਂ ਨੇ ਆਪਣੇ ਦਾਦੂ ਦੇ ਨਾਲ ਫੁੱਲ ਫਨ ਕੀਤਾ, ਫੁੱਲ ਆਪਣੀ ਐਨਕਾ ਚੈਨਕਾ। ਪਹਿਲਾ ਦਿਨ ਤਾਂ ਬਸ ਸ਼ਲਵਾਰ ਕਮੀਜ਼ 'ਚ ਬੱਚੇ ਗੁਜ਼ਾਰਦੇ ਨੇ, ਕੋਈ ਦੇਸੀ ਟ੍ਰਡੀਸ਼ਨਲ ਡਰੈਸ ਪਾਉਂਦੀਆਂ ਨੇ ਕੁੜੀਆਂ, ਐਂਡ ਸੈਕਿੰਡ ਡੇ ਉਹਨਾਂ ਦਾ ਉਹੀ ਕਹਿ ਆਪਣੀ ਜੋ ਡਰੈਸਿੰਗ ਉਹ ਲਾਈਕ ਕਰਦੇ ਹੈ ਬੱਚੇ, ਉਹ ਵਾਲੀ ਡਰੈਸਿੰਗ ਹੋਤੀ ਹੈ ਬੱਚੋਂ ਦੀ। ਔਰ ਯਹਾਂ ਪੇ ਪੋਜ਼ਿੰਗ ਹੋ ਰਹੀ ਹੈ ਜੀ ਬੱਚੋਂ ਕੇ, ਜੋ ਨਾਨਾ ਬੂਆ ਉਹਨਾਂ ਨੇ ਕਿਹਾ ਕਿ ਬਈ ਮੇਰੀ ਸਾਰੇ ਮੇਰੇ ਨਵਾਸੀ ਨਵਾਸੀਓ ਪੋਤੇ ਪੋਤੀਓ ਕੇ ਸਾਥ ਮੇਰੀ ਇੱਕ ਪਿਆਰੀ ਸੀ ਪਿਕਚਰ ਜੋ ਹੈ ਨਾ ਉਹ ਉਤਾਰੀ ਜਾਏ, ਤਾਂ ਬਸ ਸਾਰੇ ਬੱਚੇ ਬਿਠਾ ਕੇ ਉਹਨਾਂ ਸਾਥ ਜੋ ਹੈ ਨਾ ਉਹਨਾਂ ਪਿਕਚਰ ਲੀ ਗਈ। ਔਰ ਇਹ ਹੈ ਲਾਹੌਰ ਕੀ ਜਾਨ ਸ਼ਾਹਿਦ ਪਹਿਲਵਾਨ, ਇਨਕੋ ਆਪ ਯੂਟਿਊਬ ਪੇ ਦੇਖਤੇ ਹੀ ਹੋਗੇ, ਤੋ ਜੀ ਬਸ ਪੂਰੀ ਫੈਮਿਲੀ ਹੀ ਵਲੋਗਰ ਬਣ ਚੁੱਕੀ ਹੋਈ ਹੈ। ਔਰ ਇਨਸ਼ਾਅੱਲਾ ਤਾਲਾ ਸਾਰਿਆਂ ਦੀ ਵੀਡੀਓ ਵਾਇਰਲ ਜਾਏਗੀ, ਟੈਨਸ਼ਨ ਕਿਸੇ ਨੇ ਨਹੀਂ ਲੈਣੀ, ਸਾਰੇ ਵਾਇਰਲ ਜਾਣਗੇ। ਅਤੇ ਮੇਰੀ ਮਮਾ ਨੇ ਉਹ ਮਜ਼ੇਦਾਰ ਉਹ ਸਵਾਦਿਸ਼ਟ ਖਾਣੇ ਬਣਾਏ ਹੋਏ ਸਨ, ਮੈਂ ਤੁਹਾਨੂੰ ਕੀ ਦੱਸਾਂ ਕੀ ਮਜ਼ੇਦਾਰ ਖਾਣੇ ਸੀ। ਹਜੇ ਵੀ ਮੇਰੇ ਮੂੰਹ ਦੇ ਵਿੱਚ ਪਾਣੀ ਆ ਰਿਹਾ ਕਿ ਯਾਰ ਕੀ ਮਜ਼ੇਦਾਰ ਬਦਾਮੀ ਮਟਨ ਕੌਰਮਾ ਮਾਮਾ ਨੇ ਤਾਂ ਕਿਹਾ, ਅਤੇ ਅੱਜ ਤਾਂ ਮੈਂ ਦੇਗ ਵਾਲਿਆਂ ਨੂੰ ਪਿੱਛੇ ਛੱਡ ਦੇਣਾ। ਅਤੇ ਲੇਕਿਨ ਜ਼ਬਰਦਸਤ ਜ਼ਬਰਦਸਤ ਬਹੁਤ ਹੀ ਮਜ਼ੇਦਾਰ ਡਿਲੀਸ਼ੀਅਸ ਫੂਡ ਸੀ। ਕਿੱਥੇ ਜਾਈਏ ਤਾਂ ਸਭ ਤੋਂ ਮਜ਼ਾ ਤਾਂ ਖਾਣੇ ਦਾ ਹੀ ਆਉਂਦਾ ਨਾ, ਸਾਰੀ ਗੇਮ ਚੇਂਜਿੰਗ ਜਿਹੜੀ ਹੈਗੀ ਨਾ ਉਹ ਤਾਂ ਸਾਡੇ ਖਾਣੇ ਦੀ ਹੀ ਹੁੰਦੀ ਹੈ ਨਾ ਗੱਲ। ਫਿਰ ਸਾਰੀ ਅੱਛਾ ਮੈਨਿਊ ਹੋਏ ਅਤੇ ਬਸ ਫਿਰ ਗੈਦਰਿੰਗ ਤੁਹਾਡੀ ਪਸੰਦ ਵੀ ਹੋਏ ਅਤੇ ਫਿਰ ਮਜ਼ੇ ਹੀ ਆ ਜਾਂਦੇ ਨੇ। ਬੱਚਿਆਂ ਦੀ ਖਾਲਾਂ ਆ ਗਈ ਸੀ, ਬੱਚੇ ਉਹਨਾਂ ਨੂੰ ਮਿਲਣ ਲੱਗ ਪਏ ਸੀ, ਅਤੇ ਫਿਰ ਅਸੀਂ ਰਾਤ ਹੋ ਗਈ ਅਤੇ ਅਸੀਂ ਕਿਹਾ ਚਲੋ ਲੋਰ ਦਾ ਚੱਕਰ ਲਾ ਆਈਏ। ਅਤੇ ਲੋਰ ਕੀ ਹੀ ਖੂਬਸੂਰਤ ਤੁਲਨ ਬਣਿਆ ਹੋਇਆ ਸੀ, ਪੂਰੀ ਦੁਲਨ ਬਣਿਆ ਹੋਇਆ ਸੀ, ਕੀ ਖੂਬਸੂਰਤ ਲਾਹੌਰ ਦੇ ਸ਼ਹਿਰ ਜਿਹੜਾ ਹੈਗਾ ਨਾ ਉਹ ਤਿਆਰ ਸਾਡਾ ਹੋਇਆ ਹੋਇਆ ਸੀ ਤੁਲਨ ਦੀ ਤਰ੍ਹਾਂ। ਅਤੇ ਜਿਨ੍ਹਾਂ ਨੇ ਕਿਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਬੈਲ ਆਈਕਨ ਨੂੰ ਵੀ ਪ੍ਰੈਸ ਨਹੀਂ ਕੀਤਾ, ਅਤੇ ਕੀ ਕਰ ਰਹੇ ਹੋ, ਕੀ ਕਰ ਕੀ ਰਹੇ ਹੋ ਤੁਸੀਂ? ਛੇਤੀ ਨਾਲ ਜਾਓ ਅਤੇ ਇੱਕ ਕਲਿੱਕ ਮਾਰੋ, ਛੇਤੀ ਨਾਲ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਕੋ ਵੀ ਪ੍ਰੈਸ ਕਰ ਦਿਓ,
ਤੁਹਾਡਾ ਕੀ ਜਾਣਾ? ਮੇਰੇ ਸਬਸਕ੍ਰਾਈਬਰ ਵੱਧ ਜਾਣਗੇ, ਤੁਹਾਡਾ ਕੁਛ ਨਹੀਂ ਜਾਣਾ। ਮੇਰੇ ਸਬਸਕ੍ਰਾਈਬਰ ਵਧਾ ਦਿਓ ਅਤੇ ਛੇਤੀ ਨਾਲ ਮੇਰੇ ਸਬਸਕ੍ਰਾਈਬਰ ਨੂੰ ਜਾ ਕੇ ਆਪਣੇ ਸਬਸਕ੍ਰਾਈਬਰ ਵਾਲੇ ਬਟਨ ਨੂੰ ਕਲਿੱਕ ਕਰ ਦਿੱਤੇ। ਤੀਜਾ ਦਿਨ ਆ ਗਿਆ ਸੀ ਕਿ ਬੱਚੇ ਜਿਹੜੇ ਹੈਗੇ ਨੇ ਉਹ ਸਾਡੇ ਬੜੇ ਹੀ ਅਜ਼ੀਜ਼ ਹੈਗੇ ਨੇ, ਸਾਡੇ ਕਜ਼ਨ ਹੈਗੀ, ਉਹਨਾਂ ਦੇ ਘਰ ਅਸੀਂ ਜਾਣਾ ਸੀ, ਉਹਨਾਂ ਨੇ ਸਾਨੂੰ ਆਪਣੇ ਘਰ ਇਨਵਾਈਟ ਕੀਤਾ ਸੀ। ਅਤੇ ਉਹ ਜੀ ਅੱਜ ਇੱਕ ਜੂਸਰ ਦੇ ਵਿੱਚ ਸਵੀਟ ਡਿਸ਼ ਬਣਾ ਰਹੇ ਸਨ, ਅਤੇ ਮੈਂ ਕਿਹਾ ਦਿਸ ਇਜ਼ ਦਾ ਵੀਡੀਓ ਆਈ ਹੈਵ ਟੂ ਸ਼ੇਅਰ ਵਿਦ ਮਾਈ ਵਿਊਵਰਸ। ਇਤਨਾ ਮਜ਼ੇਦਾਰ ਡਿਲੀਸ਼ੀਅਸ ਉਹਨਾਂ ਸਵੀਟ ਡਿਸ਼ ਸੀ ਇਹ, ਅਤੇ ਉਹ ਕਰਕੇ ਰਹੇ ਸਨ। ਉਹਨਾਂ ਨੇ ਕਸਟਰਡ ਬਣਾਇਆ ਹੋਇਆ ਸੀ, ਕਸਟਰਡ ਨੂੰ ਜਸਟ ਫ੍ਰੀਜ਼ਿੰਗ ਪੁਆਇੰਟ ਦੇ ਕਰੀਬ ਪਹੁੰਚ ਗਿਆ ਹੋਇਆ ਸੀ, ਆਲਮੋਸਟ ਫ੍ਰੀਜ਼ ਹੋ ਚੁੱਕਿਆ ਹੋਇਆ ਸੀ। ਅਤੇ ਉਹ ਉਹਨਾਂ ਨੂੰ ਕਸਟਰਡ ਨੂੰ ਜਿਹੜਾ ਹੈਗਾ ਉਹ ਬਲੈਂਡਰ 'ਚ ਪਾ ਕੇ ਦੈਨ ਉਹਦੇ ਵਿੱਚ ਇਹ ਕੋਕਟੇਲ ਦਾ ਜੂਸ ਪਾ ਕੇ ਔਰ ਕਰੀਮ ਡਾਲ ਕੇ ਅਤੇ ਉਸਕੋ ਬਲੈਂਡ ਕੀਆ ਹੁਆ ਥਾ, ਔਰ ਠੰਡਾ ਇਸ ਹੱਦ ਤੱਕ ਕਰਨਾ ਇਹ ਦੇਖਿਆ ਕਿ ਜੈਸੇ ਹਮ ਇਸਕੋ ਨਿਕਾਲ ਰਹੇ ਹੋ ਨਾ ਤੋ ਇਹ ਇਸ ਤਰ੍ਹਾਂ ਕਰਕੇ ਹਾਰਡ ਹੋ ਗਿਆ, ਆਲਮੋਸਟ ਬਸ ਜਮਨੇ ਸੇ ਪਹਿਲੇ ਕਿ ਜੋ ਇਸਕੀ ਸਟੇਜ ਆਤੀ ਹੈ ਨਾ, ਵੋ ਸਟੇਜ ਹੈ ਇਸਕੇ ਯਹਾਂ ਪਰ। ਔਰ ਇਸਕੋ ਉਹਨਾਂ ਨੇ ਬਲੈਂਡ ਕੀਆ ਥਾ ਕਿ ਉਸਕਾ ਵੋ ਠੰਡਾ ਵੀ ਰਹੇਗਾ ਔਰ ਬੜਾ ਹੀ ਕਰੀਮੀ ਔਰ ਮਜ਼ੇਦਾਰ ਸਾ ਜੋ ਹੈ ਨਾ ਇਹ ਟਰੈਫਲ ਉਹਨਾਂ ਤਿਆਰ ਹੋਇਆ ਹੋਇਆ ਤਾ। ਔਰ ਉਹਨਾਂ ਨੇ ਵਿੱਚ ਜਿਹੜੇ ਫਰੂਟ ਉਹਨਾਂ ਦੇ ਹੱਥ ਆਏ ਕੇਲੇ ਸੇ ਸਾਰਾ ਕੁਝ ਫੜ ਫੁੜ ਕੇ ਕੱਟ ਕੁੱਟ ਕੇ ਵਿੱਚ ਸੁੱਟ ਦਿੱਤਾ ਕਿ ਅੱਜ ਤਾਂ ਮਜ਼ੇ ਹੀ ਮਜ਼ੇ ਆਉਣਗੇ। ਬਸ ਫਿਰ ਬੜਾ ਹੀ ਮਜ਼ੇਦਾਰ ਬਣਿਆ ਹੋਇਆ ਸੀ ਉਹਨਾਂ ਦਾ ਟਰੈਫਲ, ਅਤੇ ਇਹ ਵੀਡੀਓ ਦੇ ਵਿੱਚ ਤੁਸੀਂ ਵੇਖ ਰਹੇ ਜੇ ਤਾਂ ਜ਼ਰੂਰ ਟਰਾਈ ਕਰੀਓ ਆਪਣੇ ਘਰ ਦੇ ਵਿੱਚ, ਅਤੇ ਜ਼ਰੂਰ ਫੀਡਬੈਕ ਦੀਜੀਏਗਾ ਕਿ ਤੁਹਾਡੀ ਇਹ ਡਿਸ਼ ਕਿਹੋ ਜਿਹੀ ਬਣੀ। ਮੈਨੂੰ ਬੜੀ ਪਸੰਦ ਆਈ, ਮੈਂ ਜ਼ਰੂਰ ਟਰਾਈ ਕਰਾਂਗੀ, ਤੁਸੀਂ ਵੀ ਟਰਾਈ ਕਰੀਓ। ਅਤੇ ਕਰੀਮ ਦੇ ਉੱਤੇ ਤੜਕਾ ਜਿਹੜਾ ਹੈਗਾ ਨਾ ਉਹ ਜ਼ਬਰਦਸਤ ਪਾ ਦਿੱਤਾ। ਲਓ ਜੀ ਇਹ ਜੇਕਰ ਠੀਕ ਹੋ ਜਾਏ ਤਾਂ ਤੁਹਾਡੇ ਕੋਲ ਉਹ ਬਲੈਂਡ ਹੈ, ਅਤੇ ਸਪੂਨ ਦੀ ਮਦਦ ਦੇ ਨਾਲ ਤੁਸੀਂ ਉਹਨੂੰ ਮਿਕਸ ਕਰੀ ਜਾਇਓ ਤਾਂ ਕਿ ਆਰਾਮ ਦੇ ਨਾਲ ਤੁਹਾਡਾ ਇਹ ਮਿਕਸਚਰ ਜਿਹੜਾ ਹੈਗਾ ਉਹ ਤਿਆਰ ਹੋ ਜਾਏ। ਵੇਖੋ ਕਿੰਨਾ ਕਰੀਮੀ ਅਤੇ ਕਿੰਨਾ ਮਜ਼ੇਦਾਰ, ਵੇਖਣ 'ਚ ਇੱਡਾ ਡਿਲੀਸ਼ੀਅਸ ਲੱਗ ਰਿਹਾ ਅਤੇ ਤੁਸੀਂ ਆਪ ਸੋਚੋ ਖਾਣ ਦੇ ਵਿੱਚ ਕਿੰਨਾ ਮਜ਼ੇਦਾਰ ਹੋ ਗਿਆ। ਲਓ ਜੀ ਤੁਸੀਂ ਕਿਸੇ ਦੇ ਵੀ ਘਰ ਜਾਓ, ਇੱਕ ਤਾਂ ਸਭ ਤੋਂ ਪਹਿਲਾਂ ਚੀਜ਼ ਹੁੰਦੀ ਇਖਲਾਕ ਦੇ ਨਾਲ ਤੁਹਾਨੂੰ ਕੋਈ ਮਿਲੇ, ਤੁਹਾਨੂੰ ਖੁਸ਼ ਆਮਦੀ ਜਿਹੜਾ ਹੈਗਾ ਨਾ ਵੈਲਕਮਿੰਗ ਜੋ ਹੈਗਾ ਨਾ ਉਹ ਬੜਾ ਜ਼ਬਰਦਸਤ ਤਰੀਕੇ ਦੇ ਨਾਲ ਹੋਏ। ਤਾਂ ਉਸ ਤੋਂ ਬਾਅਦ ਦੂਜੀ ਜਿਹੜੀ ਸ਼ੈ ਹੁੰਦੀ ਹੈ ਉਹ ਆ ਜਾਂਦੀ ਹੈ ਖਾਣੇ ਦੀ। ਖਾਣਾ ਵਧੀਆ ਨਾ ਹੋਏ ਤਾਂ ਸਾਰਾ ਕੁਛ ਹੀ ਫੀਕਾ ਪੈ ਜਾਂਦਾ। ਜੇ ਮੈਂ ਤੁਹਾਨੂੰ ਦੱਸ ਦੇਵਾਂ, ਖਾਣਾ ਮਜ਼ੇਦਾਰ ਹੋਣਾ ਚਾਹੀਦਾ ਤੁਹਾਡਾ, ਗਰਮ ਅਤੇ ਜ਼ਬਰਦਸਤ ਖਾਣਾ, ਸਵੀਟ ਡਿਸ਼ ਹੋਏ ਤਾਂ ਠੰਡੀ ਹੋਏ, ਜਾਂ ਉਹਦਾ ਜੋ ਵੀ ਅਗਰ ਮਿੱਠੇ ਹਲਵੇ ਸ਼ਲਵੇ ਤਾਂ ਉਹ ਗਰਮ ਹੋਣ, ਸਵੀਟ ਡਿਸ਼ ਹੋਏ ਠੰਡੀ ਹੋਏ, ਅਤੇ ਖਾਣੇ ਪ੍ਰੋਪਰ ਆਪਣੇ ਟੈਂਪਰੇਚਰ ਦੇ ਹੋਣੇ ਚਾਹੀਦੇ, ਅਤੇ ਫਿਰ ਬਸ ਫਿਰ ਮਜ਼ੇ ਹੀ ਆ ਜਾਂਦੇ ਨੇ। ਲਓ ਜੀ ਇੱਥੇ ਬਾਜੀ ਦਾ ਕਿਚਨ ਜਿਹੜਾ ਸੀ ਬੜਾ ਹੀ ਜ਼ਬਰਦਸਤ ਉਹਨਾਂ ਨੇ ਡੈਕੋਰੇਟ ਕੀਤਾ ਹੋਇਆ ਸੀ, ਕਿ ਮੈਂ ਕਿਹਾ ਇੱਕ ਛੋਟਾ ਜਿਹਾ ਕਲਿੱਪ ਬਣਾਉਂਦੀ ਹਾਂ ਤਾਂ ਆਪਣੇ ਵੀਵਰਸ ਨੂੰ ਵਿਖਾਉਂਦੀ ਹਾਂ ਕਿ ਇਹ ਵੇਖੋ ਤੁਸੀਂ ਵੀ ਇਹੋ ਜਿਹੇ ਸਟੈਂਡ ਲਿਆਓ ਅਤੇ ਆਪਣੇ ਘਰਾਂ ਨੂੰ ਸਜਾਓ ਅਤੇ ਆਪਣਾ ਦਿਲ ਲਾਓ, ਬੜਾ ਮਜ਼ਾ ਆਉਂਦਾ ਇਹੋ ਜਿਹੇ ਕੰਮ ਕਰਨ ਦਾ, ਘਰ ਦੇ ਵਿੱਚ ਇਹੋ ਜਿਹੀ ਡੈਕੋਰੇਸ਼ਨਾਂ ਕਰਨ ਦਾ ਬੜਾ ਮਜ਼ਾ ਆਉਂਦਾ। ਅਤੇ ਜਿਨ੍ਹਾਂ ਨੂੰ ਇਹਦਾ ਝਸ ਪੈ ਜਾਏ ਤਾਂ ਬਸ ਫਿਰ ਉਹ ਤਾਂ ਅਸੀਂ ਕੰਮ ਲੱਗੇ ਰਹਿੰਦੇ ਨੇ। ਅਤੇ ਜਿਹੜੇ ਲੋਕ ਕਹਿੰਦੇ ਨੇ ਨਾ ਅਸੀਂ ਡਿਪਰੈਸ਼ਨ 'ਚ ਪੈ ਰਹੇ ਹਾਂ, ਡਿਪਰੈਸ਼ਨ ਉਹ ਸਾਡਾ ਡਿਪਰੈਸ਼ਨ ਨਹੀਂ ਖਤਮ, ਅਸੀਂ ਡਿਪਰੈਸ਼ਨ 'ਚ ਚਲੇ ਗਏ, ਸਮਝ ਨਹੀਂ ਆ ਰਹੀ, ਸਮਝ ਨਹੀਂ ਆ ਰਹੀ। ਅਤੇ ਉਹਨਾਂ ਵਾਸਤੇ ਮੇਰੀ ਇੱਕ ਤੁਸੀਂ ਕਹਿ ਲਓ ਕਿ ਰਾਏ ਹੈਗੀ ਹੈ ਕਿ ਉਹਨਾਂ ਨੂੰ ਮੇਰੀ ਤਰਫੋਂ ਮਸ਼ਵਰਾ ਹੈਗਾ ਕਿ ਤੁਸੀਂ ਆਪਣਾ ਦਿਲ ਇਹੋ ਜਿਹੇ ਕੰਮਾਂ ਦੇ ਵਿੱਚ ਕਿਉਂ ਨਹੀਂ ਲਾਉਂਦੇ। ਹਾਂਜੀ, ਅਤੇ ਗੱਲ ਹੋ ਰਹੀ ਸੀ ਡਿਪਰੈਸ਼ਨ ਦੀ ਕਿ ਅੱਜ ਕੱਲ੍ਹ ਬੜੀ ਹੀ ਜ਼ਿਆਦਾ ਸਾਡੀ ਨੌਜਵਾਨ ਨਸਲ ਜਿਹੜੀ ਹੈਗੀ ਉਹ ਕਹਿੰਦੀ ਹੈ ਕਿ ਬਸ ਇਨਕਲੂਡਿੰਗ ਅਸ ਕਿ ਯਾਰ ਅਸੀਂ ਹਰ ਵਕਤ ਡਿਪਰੈਸ਼ਨ 'ਚ ਅਤੇ ਹਰ ਵਕਤ ਦਿਮਾਗ ਦੇ ਉੱਤੇ ਪਤਾ ਨਹੀਂ ਕੀ ਸੋਚਾਂ ਜਿਹੜੀਆਂ ਹੈਗੀਆਂ ਨੇ। ਇੱਕ ਤਾਂ ਸੋਸ਼ਲ ਮੀਡੀਆ ਨੇ ਵੀ ਸਾਨੂੰ ਪੜ੍ਹ ਕੇ ਬੜੇ ਖਰਾਬ ਕਰ ਦਿੱਤਾ, ਲੋਕਾਂ ਦੀਆਂ ਚੀਜ਼ਾਂ ਦੇਖ ਦੇਖ ਕੇ ਸਾਡੇ ਦਿਲ 'ਚ ਆਉਂਦੇ ਕਿ ਸਾਡੇ ਕੋਲ ਇਹ ਵੀ ਹੋਏ, ਸਾਡੇ ਕੋਲ ਇਹ ਵੀ ਹੋਏ। ਅਤੇ ਮੈਂ ਤੁਹਾਨੂੰ ਕਹਾਂਗੀ ਤੁਹਾਡੇ ਕੋਲ ਜੋ ਹੈਗਾ ਤੁਸੀਂ ਉਹਦੇ ਵਿੱਚ ਖੁਸ਼ ਰਹਿਣਾ ਸਿੱਖੋ, ਜੋ ਆਪਣੇ ਤੋਂ ਥੱਲੇ ਦੇ ਲੋਕਾਂ ਨੂੰ ਵੇਖੋ, ਆਪਣੇ ਵਾਸਤੇ ਬਿਹਤਰੀ ਲਾਉਣ ਵਾਸਤੇ ਦੁਆ ਕਰੋ। ਅਤੇ ਲੇਕਿਨ ਇਹ ਹੈਗਾ ਕਿ ਡਿਪਰੈਸ਼ਨ ਦੇ ਵਿੱਚ ਜਾਣ ਤੋਂ ਬਿਹਤਰ ਹੈ ਕਿ ਤੁਸੀਂ ਆਪਣਾ ਦਿਲ ਕਿਸੇ ਪ੍ਰੋਡਕਟਿਵ ਕੰਮ ਦੇ ਵਿੱਚ ਲਾਓ।
ਤਾਂ ਕਿ ਤੁਹਾਡਾ ਧਿਆਨ ਬਟਿਆ ਰਹੇ। ਜਦੋਂ ਤੀਕਰ ਤੁਹਾਡਾ ਧਿਆਨ ਬਟਿਆ ਨਹੀਂ ਰਹੇਗਾ, ਤੁਸੀਂ ਡਿਪਰੈਸ਼ਨ ਦੇ ਵਿੱਚ ਹੀ ਰਹੋਗੇ। ਅਤੇ ਇਹ ਤਾਂ ਮੇਰਾ ਤੁਹਾਡੇ ਵਾਸਤੇ ਮਸ਼ਵਰਾ ਹੈਗਾ ਕਿ ਤੁਸੀਂ ਜਿਹੜੇ ਆਪਣਾ ਧਿਆਨ ਜਿਹੜਾ ਆਪਣੇ ਘਰ ਦੇ ਕੰਮਾਂ 'ਚ ਲਾਓ। ਚਲੋ ਤੁਸੀਂ ਡੈਕੋਰੇਸ਼ਨ ਨਹੀਂ ਬਾਏ ਕਰਨੀ, ਤੁਸੀਂ ਕਹਿੰਦੇ ਹੋ ਕਿ ਯਾਰ ਅਸੀਂ ਅਫੋਰਡ ਨਹੀਂ ਕਰ ਪਾ ਰਹੇ, ਸਾਡੇ ਇਹੋ ਜਿਹੇ ਨਹੀਂ ਹੈਗੇ ਇਸ ਟਾਈਮ ਹਾਲਾਤ। ਮੇਰਾ ਤੁਹਾਨੂੰ ਮਸ਼ਵਰਾ ਕਿ ਤੁਸੀਂ ਆਪਣੇ ਘਰ ਦੀ ਸਾਫ਼ ਸੁਥਰਾਈ 'ਤੇ ਧਿਆਨ ਦੇਣਾ ਸ਼ੁਰੂ ਕਰ ਦਿਓ। ਤੁਹਾਨੂੰ ਆਪ ਹੀ ਆਪਣਾ ਘਰ ਚੰਗਾ ਲੱਗਣਾ ਸ਼ੁਰੂ ਹੋ ਜਾਏਗਾ, ਤੁਹਾਨੂੰ ਆਪ ਹੀ ਸਾਰੀ ਡਿਪਰੈਸ਼ਨ ਖਤਮ ਹੋ ਜਾਏਗੀ। ਅਤੇ ਐਸੇ ਵੇਖੋ ਸਵੀਟੀ ਜਿਹੜੀ ਹੈਗੀ ਨਾ ਸਾਡੀ ਤਿਆਰ ਹੋ ਗਈ, ਅਤੇ ਮੇਰਾ ਕੜਾ ਜਿਹੜਾ ਹੈਗਾ ਨਾ ਉਹ ਮੇਰਾ ਅੱਗੇ ਆ ਰਿਹਾ ਸੀ। ਅਤੇ ਮੈਨੂੰ ਇੱਕ ਕਹਾਵਤ ਇੱਥੇ ਯਾਦ ਆ ਗਈ, ਸਾਡੀ ਮੰਮਾ ਜਿਹੜੀ ਹੈਗੀ ਨਾ ਸਾਨੂੰ ਸੁਣਾਉਂਦੀ ਹੈ ਕਿ ਇੱਕ ਬੁੱਢੀ ਸੀ ਅਤੇ ਉਹਦੇ ਉਹਨੇ ਨਵੇਂ ਨਵੇਂ ਸੋਨੇ ਦੇ ਕੜੇ ਲਿੱਤੇ, ਅਤੇ ਉਹਨੇ ਕਿਹਾ ਕਿ ਲੋਕ ਵੇਖ ਨਹੀਂ ਰਹੇ, ਉਹਨੇ ਆਪਣੇ ਕੜੇ ਵਿਖਾਉਣ ਵਾਸਤੇ ਨਾ ਕਿਸੇ ਨੇ ਉਹਦੇ ਕੜੇ ਦੇ ਕਿਸੇ ਦੰਬ 'ਤੇ ਗਈ, ਕਿਸੇ ਨੇ ਗੌਰ ਨਾ ਕੀਤਾ ਉਹਦੇ ਕੜਿਆਂ 'ਤੇ, ਅਤੇ ਉਹਨੇ ਕੀ ਕੀਤਾ ਆਪਣੇ ਘਰ ਨੂੰ ਅੱਗ ਲਾ ਦਿੱਤੀ। ਘਰ ਨੂੰ ਉਹਨੇ ਅੱਗ ਲਾ ਦਿੱਤੀ ਅਤੇ ਲੋਕ ਆਏ ਬੜੇ ਆ ਗਏ ਕਿ ਯਾਰ ਇਹਨਾਂ ਦੇ ਘਰ ਨੂੰ ਅੱਗ ਲੱਗ ਗਈ। ਅਤੇ ਉਹਨੇ ਵਾਰ ਵਾਰ ਆਪਣਾ ਕੜਾ ਇੰਜ ਇੰਜ ਕਰਕੇ ਵਿਖਾਤਾ ਕਿ ਬਸ ਇਹੀ ਬੱਚੇ ਨੇ, ਬਸ ਇਹ ਪੂਰਾ ਘਰ ਜਲ ਗਿਆ, ਬਸ ਇਹੀ ਬੱਚੇ ਨੇ। ਦੇਖੋ ਜ਼ਰਾ ਦੁਨੀਆ ਕੀ ਹੋ ਕੇ ਭੁੱਜੀ ਹੁੰਦੀ ਹੈ। ਇਹ ਤਾਂ ਜਸਟ ਇੱਕ ਕਹਾਵਤ ਹੈਗੀ, ਤੁਸੀਂ ਇੰਝ ਤਾਂ ਨਾ ਕਰਨਾ ਕਿ ਤੁਸੀਂ ਆਪਣੇ ਘਰ ਨੂੰ ਅੱਗ ਹੀ ਲਾ ਦਿਓ। ਇਹ ਤਾਂ ਜਸ ਦੁਨਿਆਵੀ ਸ਼ੈਵਾਂ ਹੁੰਦੀਆਂ ਨੇ, ਅਤੇ ਦੁਨਿਆਵੀ ਸ਼ੈਵਾਂ ਨੂੰ ਜਿਹੜਾ ਹੈਗਾ ਉਹ ਜ਼ਰਾ ਕੰਮ ਬੋਧਰ ਕਰੋ। ਅਤੇ ਇਹ ਵੇਖੋ ਮਿੱਠਾ ਕਿੱਡਾ ਖੂਬਸੂਰਤ ਤਿਆਰ ਹੋ ਰਿਹਾ, ਜਾਂਦੇ ਉੱਤੇ ਕਰੀਮ ਪਾ ਕੇ, ਅਤੇ ਬਸ ਕਹਿੰਦੇ ਨਾ ਜਿੰਨਾ ਗੁੜ ਪਾਓ ਅਤੇ ਉੱਨਾ ਮਿੱਠਾ। ਅਤੇ ਬਸ ਉਹੀ ਸ਼ੈ ਹੈਗੀ ਹੈ ਕਿ ਤੁਸੀਂ ਖਾਣੇ ਦੇ ਵਿੱਚ ਜਿੰਨੀ ਪ੍ਰੋਪਰ ਆਈਟਮਸ ਉਸਕੀ ਜੋ ਰਿਕੁਆਇਰਮੈਂਟ ਹੈ ਉਸਕੇ ਅਕੋਰਡਿੰਗ ਉਸਮੇ ਐਡ ਕਰੋ, ਤਾਂ ਫਿਰ ਆਪਣਾ ਖਾਣਾ ਕਿਉਂ ਨਹੀਂ ਅੱਛਾ ਬਣੇਗਾ। ਔਰ ਫਿਰ ਉੱਤੋਂ ਤੁਹਾਡੀ ਨੀਅਤ ਵੀ ਚੰਗੀ ਹੋਣੀ ਚਾਹੀਦੀ ਹੈ। ਖਾਣਾ ਤੁਸੀਂ ਹਲੂਸ ਅਤੇ ਮੁਹੱਬਤ ਦੇ ਨਾਲ ਬਣਾਓ ਅਤੇ ਉਹ ਉਂਝ ਹੀ ਬੜਾ ਮਜ਼ੇਦਾਰ ਬਣ ਜਾਂਦਾ ਜੀ। ਇਹ ਮੇਰੀ ਗੱਲ ਹਮੇਸ਼ਾ ਯਾਦ ਰੱਖਣਾ, ਅਤੇ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਭਰ ਕੇ ਖਾਣਾ ਬਣਾਓ, ਅਤੇ ਬਸ ਫਿਰ ਖਾਣੇ ਦੇ ਵਿੱਚ ਬਰਕਤ ਅਤੇ ਉਂਝ ਹੀ ਪੈ ਜਾਣੀ ਹੈ। ਅਤੇ ਦਿਲ ਦੇ ਵਿੱਚ ਮੁਹੱਬਤ ਜਿੰਨਾ ਵਾਸਤੇ ਤੁਸੀਂ ਬਣਾ ਰਹੇ ਹੋ ਉਹਨਾਂ ਵਾਸਤੇ ਦਿਲ 'ਚ ਮੁਹੱਬਤ ਰੱਖੋ, ਆਪਣਾ ਮੂੰਹ ਨਾ ਬਣਾਓ ਖਾਣਾ ਪਕਾਉਣ ਵਾਸਤੇ, ਅਤੇ ਫਿਰ ਅੱਲਾਹ ਤਾਲਾ ਬਰਕਤਾਂ ਵੀ ਪਾਉਂਦਾ ਰਹਿੰਦਾ, ਅਤੇ ਤੁਸੀਂ ਦਸਤਰਖਾਨ ਵੀ ਸਜਾਉਂਦੇ ਹੋ, ਅਤੇ ਤੁਹਾਨੂੰ ਖੁਸ਼ੀ ਵੀ ਅਲੱਗ ਹੁੰਦੀ ਹੈ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਖਾਣਾ ਖਵਾਉਂਦਾ। ਲਓ ਜੀ, ਇੱਥੇ ਨਵੇਂ ਬੋਲ ਜਿਹੜੇ ਹੈਗੇ ਸੀ ਨਾ, ਉਹ ਮੇਰੇ ਬ੍ਰਦਰ ਜਿਹੜੇ ਹੈਗੇ ਨੇ ਉਹ ਲੈ ਕੇ ਆਏ ਹੋਏ ਸਨ, ਮੇਰੀ ਬਾਜੀ ਦੇ ਜਿਹੜੇ ਹਸਬੈਂਡ ਸਨ ਉਹ ਰਿਸ਼ਤੇ ਮੈਂ ਮੇਰੇ ਲੱਗਤੇ ਹੈ ਨਾਨਾ ਵੀ, ਤੋ ਬੜੇ ਜ਼ਬਰਦਸਤ ਉਹਨਾਂ ਨੇ ਜਿਹੜੇ ਹੈਗੇ ਨੇ ਨਾ ਵੇਖੋ ਬੋਲ ਲੈ ਕੇ ਆਏ ਸਨ, ਅਤੇ ਬਸ ਇਹਨਾਂ ਦੇ ਵਿੱਚ ਬਾਜੀ ਨੇ ਸਾਨੂੰ ਸਰਵ ਕੀਤੀ, ਅਤੇ ਬਸ ਤੁਸੀਂ ਆਪ ਹਿਸਾਬ ਲੈ ਲਓ ਤਿੰਨ ਤਿੰਨ ਚਾਰ ਚਾਰ ਬੋਲ ਅਸੀਂ ਖਾ ਗਏ, ਬੜੀ ਮਜ਼ੇਦਾਰ ਬਣਿਆ ਹੋਇਆ ਸੀ। ਚਲੋ ਜੀ, ਵਾਪਸੀ ਦਾ ਟਾਈਮ ਆ ਗਿਆ ਸੀ, ਅਤੇ ਬਸ ਫਿਰ ਅਸੀਂ ਡਾਕੋ ਡਾਕ ਆਪਣੇ ਘਰ ਦੀ ਤਰਫ ਜਿਹੜਾ ਹੈਗਾ ਉਹ ਚੱਲ ਪਏ ਸਨ, ਅਤੇ ਬੜਾ ਇੰਜੋਏਬਲ ਈਦ ਰਹੀ। ਈਦ ਨੂੰ ਤੁਸੀਂ ਇੰਜੋਏ ਕਰੋ, ਦਿਲਾਂ ਦੇ ਵਿੱਚ ਮੁਹੱਬਤਾਂ ਰੱਖੋ, ਰਿਸ਼ਤੇਦਾਰਾਂ ਨੂੰ ਮਿਲਦੇ ਰਹੋ, ਅਤੇ ਆਪਣੇ ਘਰ ਵੀ ਇਨਵਾਈਟ ਕਰਦੇ ਰਹੋ, ਤਾਂ ਕਿ ਤੁਹਾਡਾ ਦਿਲ ਲੱਗਾ ਰਹੇ ਅਤੇ ਤੁਸੀਂ ਵੀ ਖੁਸ਼ ਰਹੋ ਅਤੇ ਤੁਹਾਡੇ ਰਿਸ਼ਤੇਦਾਰ ਵੀ ਖੁਸ਼ ਰਹਿਣ। ਅਤੇ ਬੇਸਿਕਲੀ ਮਕਸਦ ਇਹ ਹੈਗਾ ਕਿ ਚਲੋ ਇੱਕ ਤਿਉਹਾਰ ਜਿਹੜਾ ਹੈਗਾ ਨਾ ਉਹ ਐਕਚੁਅਲੀ ਤਿਉਹਾਰ ਲੱਗੇ ਵੀ, ਅਤੇ ਉਹ ਤਾਂ ਰਿਸ਼ਤਿਆਂ ਦੇ ਨਾਲ ਹੀ ਲੱਗਦਾ ਨਾ ਫਿਰ। ਅਤੇ ਇੱਥੇ ਜਿਹੜੀ ਹੈਗੀ ਨੇ, ਅੱਜ ਮੈਂ ਤੁਹਾਨੂੰ ਇੱਕ ਰਿਵਿਊ ਦੇਣਾ ਚਾਹੁੰਦੀ ਹਾਂ, ਆਈ ਕਿਊ ਔਰਗੈਨਿਕ ਸੋਲਿਊਸ਼ਨ ਹਾਈਡਰਾ ਫੇਸ਼ੀਅਲ ਅਲਟਰਾ ਗਲੋਇੰਗ ਕਿੱਟ ਹੈਗੀ ਹੈ। ਇਹ ਵੇਖੋ ਮੈਂ ਔਡਰ ਕੀਤੀ ਹੈ, ਮੇਰਾ ਪੇਪਰ ਹੈਗਾ, ਤੁਸੀਂ ਇਹ ਨਾ ਸਮਝਣਾ ਕਿ ਮੈਨੂੰ ਕਿਸੇ ਨੇ PR ਭੇਜ ਦਿੱਤਾ, ਅੱਡੇ ਤਾਂ ਅਸੀਂ ਹੋ ਨਹੀਂ ਗਏ ਕਿ ਸਾਨੂੰ PR ਪੈਕੇਜ ਆਉਣਾ ਸ਼ੁਰੂ ਹੋ ਜਾਵੇ, ਆਪ ਹੀ ਆਪ ਮੰਗਵਾਇਆ। ਹਾਂਜੀ, ਅਸੀਂ ਛੋਟਾ ਪੈਕੇਜਿੰਗ ਮੰਗਵਾਇਆ ਸੀ, ਕਿਹਾ ਚਲੋ ਜਦੋਂ ਵੱਡੀ ਇੱਕ ਵਾਰੀ ਛੋਟੀ ਇਸਤੇਮਾਲ ਕਰਕੇ ਵੇਖਾਂਗੇ, ਕੋਈ ਚੰਗਾ ਰਿਜ਼ਲਟ ਲੱਗਿਆ, ਕੋਈ ਚਿਹਰੇ 'ਤੇ ਕੋਈ ਗਲੋ ਸ਼ਲੋ ਆਈ। ਬੜੇ ਲੋਕਾਂ ਨੇ ਰਿਵਿਊ ਪਾਏ ਹੋਏ ਸਨ, ਆਪਣੇ ਮੂੰਹ 'ਤੇ ਡੋਲੀ ਜਾ ਰਹੀ ਆ, ਸੰਡੋਲੀ ਜਾ ਰਹੀ ਆ, ਸਾਡੇ ਚਮਚਮਾਈ ਜਾ ਰਹੀ। ਮੈਂ ਕਿਹਾ ਮੈਂ ਵੀ ਆਪਣੇ ਮੂੰਹ 'ਤੇ ਡੋਲ ਲੈਣੀ ਆ, ਅਤੇ ਮੈਂ ਵੀ ਵੇਖ ਲੈਣੀ ਆ ਇਹਦੇ ਵਿੱਚ ਇਹਦਾ ਕੀ ਕਮਾਲ ਹੈਗਾ, ਕਿਹੜੀ ਸ਼ੈ ਇਹਨਾਂ ਨੇ ਪਾ ਦਿੱਤੀ ਹੈ ਕਿ ਬਸ ਹਰ ਬੰਦਾ ਹੀ ਜਿਹੜਾ ਹੈ ਕਿ ਆਈ ਕਿਊ ਔਰਗੈਨਿਕ ਕਹੀ ਜਾ ਰਿਹਾ। ਬੜਾ ਹੀ ਜ਼ਬਰਦਸਤ ਜਿਹੜੀ ਇਹਦੀ ਪੈਕੇਜਿੰਗ ਹੈਗੀ ਸੀ, ਅਤੇ ਛੋਟੀ ਛੋਟੀ ਬੋਤਲਾਂ ਹੈਗੀਆਂ ਸੀ, ਛੋਟੇ ਛੋਟੇ ML ਦੀ ਹੈ, ਪਤਾ ਨਹੀਂ ਕਿੰਨੇ ML ਹੈਗੇ, ਮੈਂ ਤਾਂ ਮੈਨੂੰ ਯਾਦ ਨਹੀਂ, ਲੇਕਿਨ ਛੋਟੇ ਛੋਟੇ ਹੈਗੇ ਨੇ। ਮੈਂ ਤਾਂ ਚਲੋ
ਕੁਛ ਦੇਰ ਯੂਜ਼ ਕਰਨੇ ਹਾਂ ਅਤੇ ਇਹਦਾ ਰਿਜ਼ਲਟ ਚੈੱਕ ਕਰਨੇ ਹਾਂ ਅਤੇ ਦੈਨ ਫਿਰ ਲੋਕਾਂ ਨੂੰ ਦੱਸਾਂਗੇ, ਆਪਣੇ ਵਿਊਵਰਸ ਨੂੰ ਦੱਸਾਂਗੇ ਕਿ ਬਈ ਵਧੀਆ ਸ਼ੈ ਹੈਗੇ, ਤੁਸੀਂ ਵੀ ਮੰਗਵਾ ਲਈਓ ਅਗਰ ਤੁਹਾਡਾ ਦਿਲ ਕਰੇ ਅਤੇ ਆਪਣੇ ਮੂੰਹ ਨੂੰ ਚਮਕਾਉਣ ਦਾ ਦਿਲ ਕਰੇ ਤਾਂ ਤੁਸੀਂ ਵੀ ਮੰਗਵਾ ਲੈਣਾ। ਐਡੀ ਕਿਹੜੀ ਗੱਲ ਹੈ, ਵੇਖੋ ਕਿੰਨੀ ਛੋਟੀ ਛੋਟੀ ਮਿੰਨੀ ਮਿੰਨੀ ਬੋਟਲਸ ਹੈਗੀਆਂ ਨੇ, ਅਤੇ ਗਲੋ ਅਲਟਰਾ ਗਲੋ ਫਲਾਂ ਅਤੇ ਅਲਟਰਾ ਗਲੋ ਡਮਕਾਂ ਅਤੇ ਬਸ ਬੇਸ਼ੁਮਾਰ ਚੀਜ਼ਾਂ ਨੇ, ਅਤੇ ਇਹ ਸੀਰਮ ਹੈਗਾ, ਇਹ ਸੀਰਮ ਹਮੇਸ਼ਾ ਯਾਦ ਰੱਖਣਾ, ਇਹ ਮੂੰਹ 'ਤੇ ਡੋਲਣਾ ਨਹੀਂ ਜੇ। ਇਹ ਵੇਖੋ ਇਹ ਕਿੱਡਾ ਛੋਟਾ, ਇਹ ਵੇਖ ਤੁਹਾਡੀ ਜਿਹੜੀ ਹੈਗੀ ਨਾ ਲੇਡੀ ਫਿੰਗਰ, ਛੋਟੀ ਜਿੰਨੀ ਫਿੰਗਰ ਜਿੰਨਾ ਛੋਟਾ ਹੈਗਾ, ਅਤੇ ਇਹਦਾ ਜਸਟ ਤੁਸੀਂ ਡੋ ਆਪਣੇ ਮੂੰਹ 'ਤੇ ਪਾਉਣਾ, ਇਹਨੂੰ ਡੋਲਣਾ ਨਹੀਂ ਜੇ, ਧਿਆਨ ਰੱਖਣਾ ਡੋਲੀਓ ਨਾ, ਸਾਰਾ ਖਰਾਬ ਗਜ਼ਾਇਆ ਹੀ ਹੋ ਜਾਏਗਾ, ਇੱਕ ਦੋ ਡਰੋਪ ਹੀ ਆਉਂਦਾ ਇਨਫ ਹੁੰਦਾ ਤੁਹਾਡੀ ਸਕਿਨ ਨੂੰ ਚਮਕਾਉਣ ਵਾਸਤੇ। ਵੇਖੋ ਇੰਝ ਕਰਕੇ ਐਪ ਡੋਲੀ ਜਾਂਦਾ ਆਪਣੇ ਫੇਸ 'ਤੇ, ਇਹ ਤੁਹਾਡਾ ਐਡਾ ਵੱਡਾ ਮੂੰਹ ਤਾਂ ਹੈਗਾ ਨਹੀਂ ਕਿ ਤੁਸੀਂ ਇੱਕੀ ਵਾਰੀ 'ਚ ਸਾਰਾ ਲਗਾ ਲਓ, ਬਸ ਇਹ ਹਲਕਾ ਜਿਹਾ ਡਰੋਪ ਪਾ ਕੇ ਅਤੇ ਆਪਣੇ ਫੇਸ 'ਤੇ ਜਿਹੜਾ ਹੈਗਾ ਤੁਸੀਂ ਲਾ ਲਈਓ। ਇਹ ਵੇਖੋ ਕਿੰਨੀ ਜ਼ਬਰਦਸਤ ਪੈਕੇਜਿੰਗ, ਤੁਸੀਂ ਵੇਖਣ 'ਚ ਐਡੀ ਜ਼ਬਰਦਸਤ ਲੱਗ ਰਹੀ ਹੈ, ਅਤੇ ਇਨਸ਼ਾਅੱਲਾ ਤੁਹਾਨੂੰ ਉਮੀਦ ਤਾਂ ਹੈਗੀ ਹੈ ਕਿ ਪੈਸੇ ਜ਼ਾਇਆ ਨਹੀਂ ਹੋਏ ਹੋਣਗੇ, ਅਤੇ ਲਾਂਚ ਅਤੇ ਇਹਦਾ ਰਿਜ਼ਲਟ ਵੀ ਜਿਹੜਾ ਮਿਲਕ ਕਲੀਨਜ਼ਰ ਐਂਡ ਦਾ ਹੈਗਾ, ਅਤੇ ਬੇਸ਼ੁਮਾਰ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਹੈਗੀਆਂ ਨੇ, ਅਤੇ ਚਲੋ ਯੂਜ਼ ਕਰਾਂਗੇ, ਦੈਨ ਤੁਹਾਨੂੰ ਦੱਸਾਂਗੇ ਕਿ ਹਾਓ ਇਟਸ ਵਰਕ ਔਰ ਨੋਟ, ਜ਼ਬਰਦਸਤ ਹੈਗਾ ਕਿ ਨਹੀਂ ਹੈਗਾ। ਅਤੇ ਬਸ ਆਖਰੀ ਦਿਨ ਜਿਹੜਾ ਹੈਗਾ ਸੀ ਉਹ ਦਾਵਤ ਦਾ ਹੈਗਾ ਸੀ ਸਾਡੇ ਘਰ, ਅਤੇ ਬਸ ਚਾਰ ਦਿਨਾਂ ਤੋਂ ਬਾਅਦ ਪੰਜਵੇਂ ਦਿਨ ਅਸੀਂ ਖਾਣਾ ਪਕਾ ਲਿੱਤਾ, ਮੈਂ ਕਿਹਾ ਚਲੋ ਫਿਰ ਅੱਜ ਸਾਰੀਆਂ ਅਗਲੀਆਂ ਪਿਛਲੀਆਂ ਕਸਰਾਂ ਪੂਰੀਆਂ ਕਰਾਂਗੇ, ਅਤੇ ਢੇਰ ਸਾਰੇ ਖਾਣੇ ਜਿਹੜੇ ਹੈਗੇ ਨਾ ਉਹ ਪਕਾ ਲਵਾਂਗੇ, ਅਤੇ ਅੱਜ ਅਸੀਂ ਪਕਾਈ ਕੋਈ ਬਾਟੀ ਚਿਕਨ ਕੜਾਹੀ ਅਤੇ ਚਿੰਨੀ ਬਰਿਆਨੀ ਅਤੇ ਆਲੂ ਸ਼ੋਰਬਾ ਅਤੇ ਹੋਰ ਕੀ ਸੀ ਸਲਾਦ ਰਾਇਤਾ ਆਲੂ ਬੁਹਾਰੇ ਦੀ ਚਟਨੀ, ਔਰ ਇੱਕ ਜ਼ਬਰਦਸਤ ਹੋਰ ਆਈਟਮ ਹੈਗੀ ਸੀ ਅਚਾਰੀ ਹਾਂਡੀ, ਅਤੇ ਮਕਰੋਨੀ ਪਾਸਤਾ ਵੀ ਮੈਂ ਬਣਾ ਲਿੱਤਾ, ਅਤੇ ਬਸ ਇੰਝ ਕਰਦੇ ਕਰਾਉਂਦੇ ਬਸ ਕਾਫੀ ਵਾਹਵਾ ਡਿਸ਼ਾਂ ਹੋ ਗਈਆਂ, ਅਤੇ ਇਹਨਾਂ ਸਾਰਿਆਂ ਦੇ ਜਿਹੜੇ ਹੈਗੇ ਨੇ ਨਾ ਵੀਡੀਓਜ਼ ਪਈਆਂ ਹੋਈਆਂ ਨੇ ਮੇਰੇ ਯੂਟਿਊਬ ਚੈਨਲ 'ਤੇ, ਤੁਸੀਂ ਜਾ ਕੇ ਮੇਰੀ ਰੈਸਪੀਆਂ ਨੂੰ ਵਾਚ ਕਰ ਸਕਦੇ ਹੋ ਅਤੇ ਇਹੋ ਜਿਹੀ ਬਣਾ ਸਕਦੇ ਹੋ। ਤਾਂ ਵੀਡੀਓ ਪਸੰਦ ਆਈ ਹੋ ਤਾਂ ਲਾਈਕ ਜ਼ਰੂਰ ਕਰੀਓਗਾ, ਔਰ ਨੈਕਸਟ ਵੀ ਲੋਕ ਆਉਣੇ ਤੱਕ ਤੁਹਾਨੂੰ ਸਾਰਿਆਂ ਨੂੰ ਹੀਲ ਵੋਇਸ ਦੀ ਤਰਫੋਂ ਅੱਲਾ ਹਾਫਿਜ਼।